ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ ਇਹ ਆਪਣੀ DBW 371 ਜਿਹੜੀ ਵਰਾਇਟੀ ਹੈਗੀ ਹੈ ਆਪਣੀ, ਅਤੇ ਜਿਵੇਂ ਆਪਾਂ ਇੱਕ ਪਾਰਟ ਸ਼ੁਰੂ ਦੇ ਵਿੱਚ ਪਾਇਆ ਸੀਗਾ ਜਿਹਦੇ ਵਿੱਚ DBW 370, 371 ਅਤੇ 372 ਤਿੰਨੋਂ ਹੀ ਵਰਾਇਟੀਆਂ ਦੀ ਥੋੜ੍ਹੀ ਥੋੜ੍ਹੀ ਆਪਾਂ ਨੇ ਫੁਟੇਜ ਪਾਈ ਸੀ ਉਹਦੇ 'ਚ, ਅਤੇ ਉਸ ਟਾਈਮ 'ਤੇ ਮੈਂ ਦੱਸਿਆ ਸੀ ਤੁਹਾਨੂੰ ਕਿ ਇਹ ਜਿਹੜੀ DBW 371 ਹੈਗੀ ਹੈ ਕਿ ਹਾਈਟ ਥੋੜ੍ਹੀ ਜਿਹੀ ਜ਼ਿਆਦਾ ਲੈ ਰਹੀ ਸੀ ਸ਼ੁਰੂ ਦੇ ਵਿੱਚ, ਬਿਲਕੁਲ ਜਦੋਂ ਸ਼ੁਰੂਆਤੀ ਸਟੇਜ ਸੀਗੀ, ਅਤੇ ਪਰ ਉਸ ਤੋਂ ਬਾਅਦ ਇਹ ਇੱਦਾਂ ਨਹੀਂ ਹੈਗਾ ਕਿ ਦੂਜੀਆਂ ਵਰਾਇਟੀਆਂ ਦੇ ਨਾਲੋਂ ਇਹਨੇ ਕੋਈ ਜ਼ਿਆਦਾ ਹਾਈਟ ਲੈ ਲਈ ਹੋਵੇ, ਅਤੇ ਉਨੀ ਕੀ ਹਾਈਟ ਇਹਨੇ ਲਈ ਹੈਗੀ ਹੈ, ਅਤੇ ਸ਼ੁਰੂ ਦੇ ਵਿੱਚ ਭਾਵੇਂ ਹਾਈਟ ਥੋੜ੍ਹੀ ਜ਼ਿਆਦਾ ਕਰ ਲਈ ਸੀ ਪਰ ਬਾਅਦ ਦੇ ਵਿੱਚ ਹਾਈਟ ਇਹਦੀ ਉਨੀ ਕੀ ਰਹਿ ਗਈ ਜਿੰਨੀ ਆ DBW 370 ਅਤੇ 372 ਦੀ ਆ, ਉਨੀ ਕੀ DBW 371 ਦੀ ਹਾਈਟ ਹੈਗੀ ਹੈ। ਅਤੇ ਬਾਕੀ ਇਹ ਆਪਾਂ ਦੇਖ ਸਕਦੇ ਹਾਂ ਕਿ ਨਿਸਰ ਰਹੀ ਹੈ ਜੀ, ਪੂਰੀ ਤਰ੍ਹਾਂ ਨਹੀਂ ਨਿਸਰੀ, ਅਤੇ ਸਿੱਟੇ ਕਾਫੀ ਲੰਮੇ ਹੈਗੇ ਇਹਦੇ DBW 371। ਅਤੇ ਬਾਕੀ ਫਾਈਨਲ ਤਾਂ ਪਤਾ ਲੱਗੂਗਾ ਆਪਾਂ ਨੂੰ, ਦੇਖੋ ਜਦੋਂ ਹੁਣ ਅੱਗੇ ਕੱਟ ਲਈ ਕਿ ਝਾੜ ਵਗੈਰਾ ਕੀ ਦਿੰਦੀ ਹੈਗੀ ਹੈ, ਇਹ ਚੀਜ਼ਾਂ ਉਦੋਂ ਪਤਾ ਲੱਗਣਗੀਆਂ। ਅਤੇ ਫਿਲਹਾਲ ਆਪਾਂ ਦੇਖ ਸਕਦੇ ਹਾਂ ਕਿ ਹਜੇ ਕੋਈ ਕਿਸੇ ਕਿਸਮ ਦੀ ਕੋਈ ਇਹਨੂੰ ਬਿਮਾਰੀ ਜਿਹੜੀ ਆਪਾਂ ਕਹਿ ਲਈਏ ਕੋਈ ਫੰਗਸ ਵਗੈਰਾ ਦੀ ਕੋਈ ਅਟੈਕ ਨਹੀਂ ਕੀਤਾ ਹੈਗਾ। ਅਤੇ ਅੱਗੇ ਆਪਾਂ ਫਿਰ ਦੇਖਾਂਗੇ ਦਾਣੇ ਕਿੰਨੇ ਕੁ ਮੋਟੇ ਹੈਗੇ, ਜਦੋਂ ਪੱਕ ਰਹੀ ਹੋਊਗੀ ਉਦੋਂ ਇਹਦੀ ਇੱਕ ਵੀਡੀਓ ਹੋਰ ਪਾਵਾਂਗੇ, ਅਤੇ ਉਸ ਤੋਂ ਬਾਅਦ ਆਪਾਂ ਸਿੱਧੀ ਕੱਟਣ ਤੋਂ ਬਾਅਦ ਫਾਈਨਲ ਰਿਪੋਰਟ ਪਾਵਾਂਗੇ ਇਹਦੀ। ਸੋ ਠੀਕ ਹੈ ਜੀ, ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।